ਫਤਿਹਗੜ੍ਹ ਸਾਹਿਬ ਸਰਹਿੰਦ ਚੰਡੀਗੜ੍ਹ ਰੋਡ ਤੇ ਸਥਿਤ ਪਿੰਡ ਪੈਰੋਪੁਰ ਨੇੜੇ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ਵਿੱਚ ਸੀਆਰਪੀਐਫ ਐਸਐਸਪੀ ਕਮਲਜੀਤ ਸਿੰਘ ਅਤੇ ਉਸਦੀ ਪਤਨੀ ਕੁਲਵੀਰ ਕੌਰ ਜ਼ਖਮੀ ਹੋ ਗਏ, ਜਦਕਿ ਤਿੰਨ ਨੌਜਵਾਨ ਵਾਲ ਵਾਲ ਬਚ ਗਏ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਇਲਾਜ ਲਈ ਰਾਹਗੀਰਾਂ ਦੀ ਮਦਦ ਨਾਲ ਦਾਖਲ ਕਰਵਾਇਆ ਗਿਆ। ਇੱਕ ਪੇਸ਼ੈਂਟ ਆਏ ਨੇ ਜੀ ਦੋ ਆਪਣੇ ਕੋਲ, ਮਤਲਬ ਇੱਕ ਦੀ ਥੋੜ੍ਹੀ ਹਾਲਤ ਗੰਭੀਰ ਹੈ, ਉਹਨੂੰ ਆਪਾਂ ਭੇਜ ਰਹੇ ਹਾਂ 32 ਸੈਕਟਰ ਚੰਡੀਗੜ੍ਹ ਅਤੇ ਦੂਸਰੇ ਨੂੰ ਇੱਥੇ ਇਲਾਜ ਕਰਵਾ ਰਹੇ ਨੇ। ਬਾਕੀ ਠੀਕ ਹੈ ਜੀ? ਬਾਕੀ ਹਾਂਜੀ ਉੱਦਾਂ ਠੀਕ ਨੇ ਗੇ। ਫਿਲਹਾਲ ਕੋਈ ਖਤਰਾ ਤਾਂ ਨਹੀਂ? ਨਹੀਂ, ਖਤਰਾ ਤਾਂ ਫਿਲਹਾਲ ਸੀਟੀ ਸਕੈਨ ਵਗੈਰਾ ਕਰਾ ਕੇ ਪਤਾ ਚੱਲੇਗਾ ਉਹਨਾਂ ਦਾ। ਜੀ 32 ਰੈਫਰ ਕਰੋ। 32 ਰੈਫਰ। ਮੰਡੀ ਗੋਬਿੰਦਗੜ੍ਹ ਤੋਂ ਭਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਚੈਨਲ 2।